ਅੱਜ ਬਠਿੰਡਾ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ 37 ਕਰੋੜ ਰੁਪਏ ਦੇ 10 ਪ੍ਰੋਜੈਕਟਾਂ ਦੀ ਨੀਂਹ ਪੱਥਰ ਰੱਖੀ। ਇਸ ਤਹਿਤ ਉਹਨਾਂ ਨੇ DAV ਕਾਲਜ ਛੱਪੜ ਦਾ ਨੀਂਹ ਪੱਥਰ ਵੀ ਰੱਖਿਆ, ਜਿੱਥੇ ਪਾਰਕ ਤੇ ਛੱਪੜ ਬਣਨ ਜਾ ਰਿਹਾ ਹੈ। ਨਵਾਂ ਬੱਸ ਸਟੈਂਡ ਅਤੇ 5 ਫਾਟਕਾਂ ਨੂੰ ਮਿਲਾਉਣ ਵਾਲਾ ਓਵਰਬ੍ਰਿਜ ਬਣਨ ਜਾ ਰਿਹਾ ਹੈ, ਜਿਸ ਦਾ ਕੰਮ ਤਕਰੀਬਨ 24 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਬਠਿੰਡਾ ਸ਼ਹਿਰ 4-5 ਮੇਨ ਸਾਫ਼ ਸੁਥਰੇ ਸ਼ਹਿਰਾਂ ਵਿੱਚੋਂ ਇੱਕ ਹੋਵੇਗਾ। ਸਭ ਅੱਜ ਬਠਿੰਡੇ ਸ਼ਹਿਰ ਦੇ ਵੱਖ ਵੱਖ ਥਾਵਾਂ 'ਤੇ ਜੋ ਬੜੇ ਲੰਬੇ ਸਮੇਂ ਤੋਂ ਮਸਲੇ ਲਮਕਦੇ ਆ ਰਹੇ ਸੀ, ਵੱਡੇ ਮਸਲੇ ਚਾਹੇ ਉਹ ਪੀਣ ਵਾਲੇ ਪਾਣੀ ਦੇ ਸੀ, ਸੂਏਜ ਦੇ ਕੰਮ ਸੀ, ਗਲੀਆਂ ਨਾਲੀਆਂ ਦੇ ਕੰਮ ਸੀ, ਤਕਰੀਬਨ 10 ਮੁਕਾਮਾਤ ਐਸੇ ਹੈ ਜਿੱਥੇ 37 ਕਰੋੜ ਦੀ ਲਾਗਤ ਨਾਲ ਅੱਜ ਉਹ ਜਿਹੜਾ ਬੁਨਿਆਦੀ ਢਾਂਚਾ ਹੈ ਜਿਹੜਾ ਕਿ ਤਹਿਸ ਨਹਿਸ ਹੋ ਚੁੱਕਿਆ ਸੀ, ਉਹਦੀ ਸ਼ੁਰੂਆਤ ਜਿਹੜੀ ਹੈ ਇਹ ਬਠਿੰਡੇ ਸ਼ਹਿਰ 'ਚ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਬਠਿੰਡੇ ਦੇ ਜਿਹੜੇ ਵੱਡੇ ਮਸਲੇ ਸੀ, ਇੱਕ ਨਵਾਂ ਬੱਸ ਸਟੈਂਡ ਸੀ, ਰੇਲਵੇ ਦੇ ਪੁਲ ਹੈ ਕਿਉਂਕਿ ਬਠਿੰਡਾ ਰੇਲਵੇ ਦੇ ਇਤਬਾਰ ਨਾਲ ਬੜਾ ਵੱਡਾ ਜੰਕਸ਼ਨ ਹੈ, ਤਾਂ ਇੱਥੇ ਇੱਕ ਰੇਲ ਓਵਰਬ੍ਰਿਜ ਬਣਨ ਜਾ ਰਿਹਾ ਜਿਹੜੇ ਕਿ 5 ਫਾਟਕਾਂ ਨੂੰ ਖਤਮ ਕਰਨ ਜਾ ਰਿਹਾ। ਮਲਟੀ ਸਟੋਰੀ ਪਾਰਕਿੰਗ ਦਾ ਕੰਮ ਸੀ, ਇਹ ਸਾਰੇ ਜਿਹੜੇ ਤਰੱਕੀਆਤੀ ਕੰਮ ਹੈ ਇਹ ਅਗਲੇ ਸਾਲ ਦੇ ਵਿੱਚ ਸ਼ੁਰੂ ਹੋ ਕੇ, ਔਰ ਮੇਰੀ ਮੈਨੂੰ ਪੂਰ ਉਮੀਦ ਹੈ ਕਿ 24 ਮਹੀਨਿਆਂ ਦੇ ਵਿੱਚ ਇਹ ਸਾਰੇ ਕੰਮ ਮੁਕੰਮਲ ਹੋ ਜਾਣਗੇ। ਔਰ ਬਠਿੰਡੇ ਦਾ ਨਾਮ ਜਿਹੜਾ ਹੈ ਉਹ ਪੰਜਾਬ ਦੇ ਜਿਹੜੇ 4-5 ਬਹੁਤ ਵਧੀਆ ਸ਼ਹਿਰ ਗਿਣੇ ਜਾਂਦੇ ਆ ਉਹਨਾਂ ਸ਼ੁਮਾਰ ਹੁੰਦਾ। ਸੋ ਕੋਈ ਐਸੀ ਕਸਰ ਬਠਿੰਡੇ ਵਾਸਤੇ ਨਹੀਂ ਛੱਡੀ ਜਾਏਗੀ ਕਿ ਇੱਕ ਸਾਫ਼ ਸੁਥਰਾ ਮਾਡਰਨ ਸ਼ਹਿਰ ਜਿਹਨੂੰ ਕਹਿੰਦੇ ਆ, ਜਿਹਦੇ 'ਚ ਹਰ ਕਿਸਮ ਦੀ ਸਹੂਲਤ ਹੋਵੇ, ਉਹ ਬਠਿੰਡੇ 'ਚ ਨਾ ਹੋਵੇ। ਉਹਦੇ ਟੈਂਡਰ ਵਗੈਰਾ ਲੱਗ ਚੁੱਕੇ ਹੈ, ਉਹਦੀ ਤਕਸੀਮ ਜਿਹੜੀ ਹੈ ਉਹ ਸ਼ਾਇਦ ਕਿਉਂਕਿ ਮੈਨੂੰ ਲੱਗਦਾ ਗਵਰਨੈਂਸ ਰਿਫੋਰਮਸ ਮਹਿਕਮੇ ਨੇ ਕਰਨੀ ਹੈ, ਫੋਨ ਜਿਹੜੇ ਹੈ ਉਹ ਗੌਰਮੈਂਟ ਕੋਲ ਪਹੁੰਚਣ ਜਾ ਰਹੇ ਹੈ, ਅਗਲੇ 2-3 ਮਹੀਨਿਆਂ 'ਚ ਉਹ ਸਾਰੇ ਤਕਸੀਮ ਹੋ ਜਾਣ। ਸਮਾਰਟ ਸਕੂਲ ਜਿਹੜੇ ਹੈ ਉਹ ਤਕਰੀਬਨ ਜੇ ਮੇਰੀ ਯਾਦਾਸ਼ਤ ਮੈਨੂੰ ਧੋਖਾ ਨਹੀਂ ਦੇ ਰਹੀ ਤਾਂ ਤਕਰੀਬਨ 3,000 ਸਮਾਰਟ ਸਕੂਲ ਜਿਹੜਾ ਪੰਜਾਬ 'ਚ ਬਣ ਚੁੱਕਿਆ। ਪੰਜਾਬ 'ਚ ਤਕਰੀਬਨ 13,000 ਸਕੂਲਸ ਹੈਗੇ, ਔਰ ਆਹਿਸਤਾ ਆਹਿਸਤਾ ਕਿਸ਼ਤਾਂ ਦੇ ਵਿੱਚ ਟੋਟਲ ਪੰਜਾਬ ਜਿਹੜਾ ਇਹਨੂੰ ਸਮਾਰਟ ਸਕੂਲ 'ਚ ਤਬਦੀਲ ਕਰ ਦਿੱਤਾ ਜਾ। ਮੇਰੇ ਹੁੰਦੇ ਹੋਏ ਤਾਂ ਨਹੀਂ ਲਿਆ ਜੀ, ਇਹ ਪਤਾ ਨਹੀਂ ਤੁਹਾਨੂੰ ਇਹ ਇਨਫੋਰਮੇਸ਼ਨ ਹੈ। ਪੰਜਾਬ 'ਚ ਕੋਈ ਸਰਕਾਰੀ ਪ੍ਰੋਪਰਟੀ ਨਿਲਾਮ ਨਹੀਂ, ਅਸੀਂ ਖਰੀਦਾਂਗੇ ਨਿਲਾਮ ਨਹੀਂ ਕਰਾਂਗੇ। ਸ਼ਾਮਲਾਟਾਂ ਦਾ ਨਵਾਂ ਕਾਨੂੰਨ ਬਣਾਉਣ ਜਾ ਰਹੇ ਹਾਂ ਕਿ ਜਿੰਨੀਆਂ ਵੀ ਸ਼ਾਮਲਾਟਾਂ ਹੈ, ਜਿੰਨੀਆਂ ਵੀ ਦਰਿਆਵਾਂ ਦੇ ਨਾਲ ਜਿੰਨੀਆਂ ਵੀ ਵਕ ਇਵੈਕਿਊਈ ਪ੍ਰੋਪਰਟੀਜ਼ ਹੈ, ਕੋਈ ਐਸਾ ਕਾਨੂੰਨ ਹੋ ਜਾਵੇ ਕਿ ਜਿਹੜੇ ਲੋਕ ਉਹਦੇ 'ਤੇ ਕਾਬਜ਼ ਹੈ ਉਹਨਾਂ ਨੂੰ ਜਿਹੜੇ ਨੋਰਮਲ ਰੇਟ 'ਤੇ ਰਜਿਸਟਰੀਆਂ ਹੋ ਜਾਣ ਤਾਂ ਕਿ ਲੋਕ ਉਹਨਾਂ ਦੇ ਮਾਲਕ ਬਣ। ਕਣਕ ਮਿਲਣੀ ਚਾਹੀਦੀ ਹੈ, ਕਣਕ ਕਾਰਡ ਕੱਟੇ ਹੋਏ ਨਾ ਜੀ, 3 ਸਾਲ ਪਹਿਲਾਂ ਮਿਲਦੀ ਸੀ, ਹੁਣ 3 ਸਾਲ ਹੋ ਗਏ ਕਾਰਡ ਬੰਦ ਹੋਇਆ, ਕੀ ਪਤਾ ਕੀ ਕਾਰਨ ਹੈ ਜੀ, ਕਹਿੰਦੇ ਪਿੱਛੇ ਤੋਂ ਕੱਟਿਆ ਗਿਆ। ਅਸੀਂ ਤਾਂ ਕਹਿੰਦੇ ਹਾਂ ਵੀ ਸਾਡੇ ਕਾਰਡ ਲੱਗ ਜਾਣ, ਹੋਰ ਤਾਂ ਕੀ ਕਹਿੰਦੇ। ਗਰੀਬ ਆਦਮੀ ਹੈ, ਹਾਂ ਗਰੀਬ ਆਦਮੀ ਹੈ, ਦਿਹਾੜੀ ਵਾਲੇ। ਨਾ ਜੀ ਕੋਈ ਸਹੂਲਤ ਨਹੀਂ, ਨਾ ਜੀ ਕੋਈ ਫਾਇਦਾ ਨਹੀਂ ਹੋਇਆ ਜੀ, ਕਾਹਦਾ ਇਹਦਾ, ਟੋਬੇ ਦਾ ਇਹਦਾ ਤਾਂ ਫਾਇਦਾ ਹੀ ਹੈ ਜੀ, ਟੋਬਾ ਭਰ ਜੂ, ਵਧੀਆ ਚੰਗੀ ਗੱਲ ਹੈ ਜੀ। ਅਵਤਾਰ ਸਿੰਘ ਕੈਦ ਦੀ ਰਿਪੋਰਟ, ਦਾ TV NRI।